ਦਾ ਸਮਾਂ ਹੋ ਚੱਲਿਆ ਤੇ ਗੱਲਾਂ ਉਹ ਯਾਦ ਆਉਂਦੀਆਂ ਨੇ ਗਿਆ ਬਾਪੂ ਫਲਕੌਰ ਹੋਰਾਂ ਦੀਆਂ ਕਿ ਆਖਰਕਾਰ ਕਿਤੇ ਨਾ ਕਿਤੇ ਕੋਈ ਵੀ ਆਪਦੇ ਧੀ ਪੁੱਤ ਨੂੰ ਤੁਸੀਂ ਮਸ਼ਹੂਰ ਨਾ ਕਰਿਓ ਉਹ ਇਸ ਕਰਕੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਇਹ ਗੱਲ ਕਹਿੰਦੇ ਨੇ ਉਹ ਇਸ ਕਰਕੇ ਯਾਦ ਆਉਂਦੀਆਂ ਨੇ ਕਿਉਂਕਿ ਅੱਜ ਜਿਸ ਸਮੇਂ ਹੁਣ ਅਸੀਂ ਖੜੇ ਹਾਂ ਤਾਂ ਤਸਵੀਰ ਤੁਸੀਂ ਦੇਖੋ ਸਿੱਧੂ ਮੂਸੇਵਾਲੇ ਦੇ ਇਨਸਾਫ ਦੇ ਵਾਸਤੇ ਸੜਕਾਂ ਤੇ ਲੋਕਾਂ ਨੇ ਖੜਨਾ ਸ਼ੁਰੂ ਕਰਤਾ ਸਰਕਾਰਾਂ ਜੇਕਰ ਕਹਿੰਦੀਆਂ ਨੇ ਕਿ ਅਸੀਂ ਸਖਤ ਕਾਰਵਾਈ ਕਰ ਰਹੀ ਹਾਂ ਤੇ ਨਾਲ ਹੀ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦਾ ਨਾਲ ਐਕਸ਼ਨ ਦੇ ਵਿੱਚ ਪੰਜਾਬ ਪੁਲਿਸ ਦਿਖੀ ਵੀ ਆ ਤੇ ਉਸ ਤੋਂ ਬਾਅਦ ਫਿਰ ਇਸ ਚੀਜ਼ ਦੀ ਲੋੜ ਸੀ ਪੁੱਛਾਂਗੇ ਇਹਨਾਂ ਲੋਕਾਂ ਨੂੰ ਤਾਂ ਫਿਰ ਸਭ ਤੋਂ ਵੱਡਾ ਭਾਵਕ ਕਰਦੀ ਹੈ ਤਸਵੀਰ ਇੱਕ ਛੋਟਾ ਜਿਹਾ ਮਾਸੂਮ ਕੋਈ ਸਮਾਂ ਉਹ ਹੋਊਗਾ ਜਦੋਂ ਸਿੱਧੂ ਮੂਸੇਵਾਲੇ ਦੇ ਗਾਣਿਆਂ ਤੇ ਇਹ ਆਖਰਕਾਰ ਮੁਸਕਰਾਉਂਦਾ ਹੋਊਗਾ ਨੱਚਦਾ ਹੋਊਗਾ ਤੇ ਉਸ ਸਮੇਂ ਦੇ ਦੌਰਾਨ ਇਹਨਾਂ ਦੇ ਮਾਂ ਪਿਓ ਵੀ ਕਿਤੇ ਨਾ ਕਿਤੇ ਸੁਣਾਉਂਦੇ ਹੋਣੇ ਕਿ ਆਖਰਕਾਰ ਸਾਡਾ ਜਵਾਕ ਵਿਰਜੂਗਾ ਪਰ ਅੱਜ ਉਹੀ ਜਵਾਕ ਸ਼ਾਇਦ ਉਸ ਸਮੇਂ ਦੇ ਦੌਰਾਨ ਜੇ ਕਿਹਾ ਜਾਵੇ ਜਿੱਥੇ ਖੁਸ਼ ਹੁੰਦਾ ਹੋਊਗਾ ਤਾਂ ਪਰ ਅੱਜ ਮਾਯੂਸ ਹੈ ਕਿਉਂਕਿ ਜਿਹਨੂੰ ਇਹ ਚਾਹੁੰਦਾ ਸੀ ਉਹ ਇਸ ਦੁਨੀਆਂ 'ਚ ਨਹੀਂ ਗਏ ਬਾਕੀ ਗੱਲ ਕਰਦੇ ਹਾਂ ਇਹਨਾਂ ਦੇ ਨਾਲ ਕਿ ਆਖਰਕਾਰ ਕਿਉਂ ਲੱਗਦਾ ਕਿਉਂਕਿ ਸਰਕਾਰ ਤਾਂ ਕਹਿੰਦੀ ਅਸੀਂ ਬਹੁਤ ਕੁਝ ਕਰਤਾ ਕਿਉਂ ਲੱਗਦਾ ਵੀਰ ਆਖਰਕਾਰ ਤੁਹਾਨੂੰ ਬੋਰਡ ਲੈ ਕੇ ਖੜਨਾ ਪੈ ਰਿਹਾ ਸਰਕਾਰਾਂ ਕਹਿੰਦੀਆਂ ਅਸੀਂ ਤਾਂ ਬੰਦੇ ਫੜੀ ਜਾਂਦੇ ਹਾਂ ਇਨਕਾਊਂਟਰ ਕਰੀ ਜਾਂਦੇ ਹਾਂ ਬੋਰਡ ਕਿਉਂ ਲੈ ਕੇ ਖੜਨਾ ਪੈ ਗਿਆ ਉਹਦੇ ਭਾਅ ਜੀ ਇਨਸਾਫ ਤਾਂ ਹਜੇ ਤੱਕ ਮਿਲਿਆ ਨਹੀਂ ਹੈ ਨਾ ਫਿਰ ਖੜਨਾ ਹੀ ਪੈਣਾ ਚਾਹੇ ਸਾਰੀ ਉਮਰ ਖੜੇ ਰਹੀਏ ਖੜਾਂਗੇ ਪਰ ਲੱਗਦਾ ਤੁਹਾਨੂੰ ਸਿੱਧੂ ਨੇ ਇਹੋ ਜਿਹੀ ਜਗ੍ਹਾ ਦਿਲ 'ਚ ਬਣਾ ਲਈ ਸੀ ਕਿ ਆਖਰਕਾਰ ਇਹ ਗੱਲ ਜਦੋਂ ਗਿਆ ਉਹ ਭਾਵਕ ਹੋਏ ਲੋਕ ਰੋਏ ਬਹੁਤ ਕਿ ਜੇ ਉਰੇ ਬੋਰਡ ਆਪਦਾ ਕੰਮ ਕਾਰ ਛੱਡ ਕੇ ਤੁਸੀਂ ਬੋਰਡ ਫੜੀ ਖੜੇ ਹੋ ਯਾਨੀ ਕਿ ਦਿਲ ਦੇ ਵਿੱਚ ਜਗ੍ਹਾ ਸੀ ਭਾਅ ਜੀ ਸਾਡੇ ਨਹੀਂ ਸਾਰੇ ਇੰਡੀਆ ਦਾ ਨਾਮ ਉਹਨਾਂ ਨੇ ਐਡਾ ਵੱਡਾ ਕਰਤਾ ਸੀ ਆਪਣੀ ਪੱਗ ਨੂੰ ਇੰਨਾ ਵੱਡਾ ਮਾਣ ਉਹਨਾਂ ਨੇ ਦਿੱਤਾ ਸੋ ਸਾਡਾ ਖੜਨਾ ਤਾਂ ਬਣਦਾ ਹੀ ਸੀ ਨਾ ਬਿਲਕੁਲ ਵੀਰ ਕੀ ਜੇ ਕਹੀਏ ਕਿ ਮੈਨੂੰ ਲੱਗਦਾ ਵੀ ਜਦੋਂ ਆਮ ਤੌਰ 'ਤੇ ਮਾਪੇ ਜਦੋਂ ਕਿਸੇ ਜਵਾਕ ਨੂੰ ਬਰਿਆਉਂਦੇ ਨੇ ਜਦੋਂ ਚੁੱਪਣੀ ਕਰਦਾ ਹੈਗਾ ਤਾਂ ਉਹਨੂੰ ਕੋਈ ਉਹਦੀ ਬੜੀ ਮਨ 'ਚੋਂ ਹੀ ਚੀਜ਼ ਦਿਖਾਉਂਦੇ ਨੇ ਜਾਂ ਸੁਣਾਉਂਦੇ ਨੇ ਅਤੇ ਕੋਈ ਸਮਾਂ ਹੋਣਾ ਇਹ ਜਵਾਕ ਨੱਚਦਾ ਟੱਪਦਾ ਹੋਣਾ ਅਤੇ ਅੱਜ ਇਹ ਬੋਰਡ ਲਈ ਖੜਾ ਦੇਖੋ ਪਤਾ ਕੀ ਸਿਰਫ ਬੱਚੇ ਨਹੀਂ ਬਜ਼ੁਰਗ ਨਹੀਂ ਹਰ ਉਹ ਵਰਗ ਚਾਹੇ ਕਿਸੇ ਵੀ ਧਰਮ ਦਾ ਸੀ ਤੁਸੀਂ ਇਹ ਦੇਖੋ ਕਿ ਸਿੱਧੂ ਮੂਸੇਵਾਲੇ ਨੇ ਜਿਹੜੀ ਪਹਿਚਾਣ ਬਣਾਈ ਆ ਉਹ ਡਰੇਕ ਤੱਕ ਹੈ ਜਿਹਦੇ ਨਾਲ ਕਿ ਤੁਸੀਂ ਇਹ ਦੇਖੋ ਕਿ ਘੱਟ ਤੋਂ ਘੱਟ 110 ਮਿਲੀਅਨ ਦੇ ਕਰੀਬ ਫੋਲੋਅਰਸ ਨੇ ਉਹ ਬੰਦਾ ਮਤਲਬ ਪੋਸਟ ਪਾਉਂਦਾ ਜਦੋਂ ਇਹਦੀ ਡੈਥ ਹੁੰਦੀ ਹੈ ਮੈਂ ਤਾਂ ਦੇਖੋ ਸਰਕਾਰਾਂ ਨੂੰ ਇਹੀ ਗੱਲ ਕਹਿਣਾ ਚਾਹੂੰਗਾ ਜੇ ਸਿਆਸਤ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਅੱਜ ਦੀ ਡੇਟ ਦੇ ਵਿੱਚ ਮੈਂ ਸੋਚਦਾ ਚਾਹੇ ਕੋਈ ਵੀ ਹੁੰਦੀ ਪਾਰਟੀ ਚਾਹੇ ਕਾਂਗਰਸ ਅਕਾਲੀ ਜਾਂ ਕੋਈ ਵੀ ਕਿਸੇ ਵੀ ਬਦਲ ਸਾਰਿਆਂ ਨੂੰ ਇਹ ਵੋਟ ਫੜ ਕੇ ਹਰ ਚੌਂਕਾਂ 'ਚ ਖੜਨਾ ਚਾਹੀਦਾ ਸੀਗਾ ਕਿ ਦੂਜੇ ਪਾਸੇ ਭਗਵੰਤ ਮਾਨ ਹੋ ਰਹੇ ਤਾਂ ਜੇ ਕਹੀਏ ਉਹ ਸਾਫ਼ ਤੌਰ 'ਤੇ ਕਹਿੰਦੇ ਨੇ ਕਹਿੰਦੇ ਅਸੀਂ ਐਡੇ ਸਖ਼ਤ ਐਕਸ਼ਨ ਕਰੀ ਜਾਂਦੇ ਇਨਕਾਊਂਟਰ ਕਰਤੇ ਫਿਰ ਕਿਉਂ ਬੇਵਿਸ਼ਵਾਸੀ ਹੋ ਗਈ ਦੇਖੋ ਜੀ ਜਿਸ ਤਰ੍ਹਾਂ ਤੁਸੀਂ ਇੱਕ ਪਟਿਆਲੇ ਕਾਂਡ ਹੋਇਆ ਸੀਗਾ ਨਿਹੰਗ ਸਿੰਘਾਂ ਦਾ ਤੁਹਾਨੂੰ ਪਤਾ ਸੀਗਾ ਅਤੇ ਜਦੋਂ ਉਹਨਾਂ ਦਾ ਇੰਟਰੋਗੇਸ਼ਨ ਉਹਨਾਂ ਦੀ ਹੋਈ ਤਾਂ ਉਹਨਾਂ ਕੋਲ ਤੁਰਿਆ ਨਹੀਂ ਸੀ ਜਾਂਦਾ ਅਤੇ ਜਿਹੜੇ ਇਹ ਇਹਨਾਂ ਨੇ ਮੁਜਰਿਮ ਫੜੇ ਹੋਏ ਉਹ ਬੜੇ ਸ਼ਾਨੋ ਸ਼ੌਕਤ ਨਾਲ ਬ੍ਰਾਂਡਡ ਟੀ ਸ਼ਰਟਾਂ ਪਾ ਕੇ ਆਰਾਮ ਨਾਲ ਤੁਰਦੇ ਜਾ ਰਹੇ ਆ ਇਹ ਕਿਹੋ ਜਿਹੀ ਇਨਵੈਸਟੀਗੇਸ਼ਨ ਹੈ ਇਹ ਕਿਹੋ ਜਿਹਾ ਇੰਟਰੋਗੇਸ਼ਨ ਹੈ ਕਿ ਉਹਨਾਂ ਨੂੰ ਉਹਨਾਂ ਦਾ ਕੋਈ ਪੈਰ ਤੱਕ ਵੀ ਨਹੀਂ ਦਰਦ ਹੋ ਰਿਹਾ ਸੋ ਅਸੀਂ ਕਿਵੇਂ ਇਸ ਚੀਜ਼ 'ਤੇ ਸਰਕਾਰਾਂ 'ਤੇ ਵੀ ਯਕੀਨ ਕਰ ਲਈਏ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਸਹੀ ਜਗ੍ਹਾ ਜਾ ਰਹੀ ਹੈ ਹੁਣ ਇਹਨੂੰ ਜਵਾਕ ਨੂੰ ਕੀ ਪਤਾ ਵੀ ਮੈਂ ਆਖਰ ਕਰਕੇ ਜਿਹੜੇ ਕਲਾਕਾਰ ਨੂੰ ਪਸੰਦ ਕਰਦਾ ਸੀ ਉਹਦਾ ਅੱਜ ਹੱਥ 'ਚ ਬੋਰਡ ਫੜ ਕੇ ਮੈਨੂੰ ਉਹਦੇ ਇਨਸਾਫ ਮੰਗਣ ਇਹਨੂੰ ਤਾਂ ਖੈਰ ਇੰਨੀ ਸਮਝ ਵੀ ਨਹੀਂ ਹੋਣੀ ਵੀ ਉਹਦੇ ਨਾਲ ਕੀ ਹੋ ਗਿਆ ਪਰ ਲੱਗਦਾ ਵੀ ਇਹ ਚੀਜ਼ ਟੱਚ ਕਰੂ ਸਰਕਾਰਾਂ ਦੇ ਦਿਲਾਂ ਨੂੰ ਨਹੀਂ ਦੇਖੋ ਜੀ ਕਰਨੀ ਚਾਹੀਦੀ ਹੈ ਜੇ ਮਾਸੂਮੀਅਤ ਦੀ ਗੱਲ ਨੂੰ ਨਹੀਂ ਉਹ ਸਮਝਣਗੇ ਬਜ਼ੁਰਗਾਂ ਦੀ ਗੱਲ ਨੂੰ ਨਹੀਂ ਉਹ ਸਮਝਣਗੇ ਤਾਂ ਫਿਰ ਹੋਰ ਗੱਲਾਂ ਕੋਈ ਹੋਰ ਮੌਤ ਉਡੀਕਦੇ ਆ ਵੀ ਇਹ ਗੈਂਗਸਟਰ ਜਿਹੜੇ ਨੇ ਕਿਸੇ ਹੋਰ ਆਰਟਿਸਟ ਨੂੰ ਮਾਰ ਦੇਣ ਜਾਂ ਕਿਸੇ ਆਮ ਲੋਕਾਂ ਨੂੰ ਮਾਰ ਦੇਣ ਸੋ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਸਗੋਂ ਮੈਂ ਸੋਚਦਾ ਕਿ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਕਿ ਤਾਂ ਜੋ ਦੁਬਾਰਾ ਜਿਹੜੀ ਇਹ ਗੈਂਗਵਾਰ ਦਾ ਇਸ਼ੂ ਬਣਾ ਦਿੰਦੇ ਆ ਵੀ ਨਹੀਂ ਜੀ ਉਹਦੇ ਰਿਲੇਸ਼ਨ ਗੈਂਗਵਾਰ ਨਾਲ ਸੀਗੇ ਪਰ ਉਹਦਾ ਕੋਈ ਵੀ ਅਜੇ ਤੱਕ ਦੋਸ਼ ਨਹੀਂ ਸਾਬਤ ਹੋਇਆ ਵੀ ਸਿੱਧੂ ਦਾ ਕਿਸੇ ਗੈਂਗਸਟਰ ਨਾਲ ਕੋਈ ਸੰਬੰਧ ਸੀਗਾ ਜਿਨ੍ਹਾਂ ਦੇ ਸੰਬੰਧ ਸੀ ਉਹ ਤਾਂ ਡਰਦੇ ਭੱਜ ਗਏ ਨਾ ਕਿ ਪਹਿਲਾਂ ਹੀ ਠੀਕ ਹੈ ਨਾ ਸੋ ਇਹ ਚੀਜ਼ ਚਾਹੀਦੀ ਹੈ ਕਿ ਸਰਕਾਰਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਦੋਸ਼ੀ ਜਿਹੜੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਅਸੀਂ ਇਹ ਤਸਵੀਰ ਜੇ ਕਹੀਏ ਕਿ ਇਹ ਠੀਕ ਉਸ ਤਰ੍ਹਾਂ ਦੇ ਨਾਲ ਜਿਵੇਂ ਕਿਸਾਨੀ ਅੰਦੋਲਨ ਵੇਲੇ ਸਮੇਂ ਅਸੀਂ ਦੇਖਦੇ ਸੀ ਉਦੋਂ ਫਰਕ ਇੰਨਾ ਸੀਗਾ ਕਿ ਉਦੋਂ ਲੋਕਾਂ 'ਚ ਜੋਸ਼ ਜਜ਼ਬਾ ਇੰਨਾ ਸੀ ਕਿ ਲੋਕ ਆਖਰਕਾਰ ਇਸ ਚੀਜ਼ ਨੂੰ ਬੜੇ ਰੋਹਬ ਨਾਲ ਦੇਖਦੇ ਸੀ ਪਰ ਹੁਣ ਲੋਕ ਭਾਵਕ ਨੇ ਸਾਹਮਣੇ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦੇਣਾ ਦੂਜੇ ਪਾਸੇ ਚੌਂਕ ਦੇ ਜਾਉਂਗੇ ਬੱਚੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀ ਸੀ ਅਸੀਂ ਪਹਿਲਾਂ ਜਦੋਂ ਆ ਕੇ ਇਹਨਾਂ ਨੂੰ ਮਿਲੇ ਵੀ ਆਖਰ ਕੀ ਗੱਲਬਾਤ ਆ ਜਵਾਕ ਰੋਈ ਜਾਂਦਾ ਉਦੋਂ ਦਾ ਹਾਲਾਂਕਿ ਉਹਦੇ ਭਾਦਾ ਤਾਂ ਵੀਡੀਓ 'ਚ ਸਿੱਧੂ ਅੱਜ ਵੀ ਜਿਉਂਦਾ ਪਰ ਜਦੋਂ ਉਹਦੇ ਮਾਪਿਆਂ ਨੂੰ ਦੇਖਦਾ ਉਹਦੇ ਮੂਹਰੇ ਫੋਟੋ ਕਹਿੰਦੇ ਮੋਮਬੱਤੀ ਲੱਗੀ ਦੇਖਦਾ ਤਾਂ ਉਹ ਫਿਰ ਕਿਤੇ ਨਾ ਕਿਤੇ ਭਾਵਕ ਹੁੰਦਾ ਕਿ ਆਖਰਕਾਰ ਕੀ ਇਹ ਹੁਣ ਨਹੀਂ ਆਊਗਾ ਕਿਉਂਕਿ ਜਵਾਕ ਨੂੰ ਨਹੀਂ ਪਤਾ ਹੁੰਦਾ ਛੋਟੇ ਬੱਚੇ ਨੂੰ ਨਹੀਂ ਪਤਾ ਕਿ ਇਸ ਦੁਨੀਆ ਤੋਂ ਜਾਣਾ ਕੀ ਆ ਪਰ ਇਹ ਗੱਲ ਦੇ ਨਾਲ ਕਹਿ ਸਕਦੇ ਹਾਂ ਦਿਮਾਗੀ ਸਮਝ ਕਿਤੇ ਨਾ ਕਿਤੇ ਜ਼ਰੂਰ ਟੱਚ ਕਰਦੀ ਆ ਪਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹੁੰਦੀ ਹੈ ਕਿ ਆਖਰ ਕਰਕੇ ਮੈਸੇਜ ਦੇ ਵਿੱਚ ਹੁਣ ਸਰਕਾਰਾਂ ਨੇ ਸਖ਼ਤ ਐਕਸ਼ਨ ਲੈਣਗੀਆਂ ਕਿ ਆਖਰਕਾਰ ਜਗ੍ਹਾ ਜਗ੍ਹਾ 'ਤੇ ਕੈਂਡਲ ਮਾਰਚ 'ਤੇ ਇਸ ਤਰ੍ਹਾਂ ਦੇ ਬੋਰਡ ਜੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਤਾਂ ਸਰਕਾਰ ਵਾਸਤੇ ਭਾਵੇਂ ਗੱਲਾਂ ਕਿੰਨੀਆਂ
प्रैशर उस तरह के नाल बनता हुआ नज़र आऊगा कि आखिर जवाब की दिता जाए। वीडियो जर्नलिस्ट अशोक के नाल समीत सिंह, स्क्रोल पंजाब, चंडीगढ़।